ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਦੀ ਬਾਣੀ ਨਾਲ ਜੁੜੇ ਹੋਏ ਸੂਝਵਾਨ ਸੱਜਣੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 19ਵੇਂ ਅੰਗ ਦੀ ਵਿਆਖਿਆ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਗੇ ਵਧਣ ਤੋਂ ਪਹਿਲਾਂ ਆਪਾਂ ਪਿੱਛੇ ਝਾਤੀ ਮਾਰ ਲਈਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 18ਵੇਂ ਅੰਗ ਦੀ ਵਿਆਖਿਆ ਦੇ ਅਖੀਰ ਵਿੱਚ ਗੁਰੂ ਦੀ ਮਹੱਤਤਾ ਦੀ ਗੱਲ ਹੋ ਰਹੀ ਸੀ ਕਿ ਇੱਕ ਗੁਰੂ ਤੋਂ ਬਿਨਾਂ ਮਨ ਦੀ ਮੈਲ ਜਿਹੜੀ ਹੈ ਉਹ ਨਹੀਂ ਜਾਂਦੀ ਹੈ, ਮਨ ਸਾਫ਼ ਨਹੀਂ ਹੁੰਦਾ ਹੈ। ਉਹ ਗੁਰੂ ਹੀ ਹੈ ਜੋ ਸਾਨੂੰ ਉਹ ਸੱਚੇ ਪਰਮਾਤਮਾ ਨਾਲ ਜੁੜਨ ਦਾ ਗੁਰ ਸਿਖਾਉਂਦਾ ਹੈ, ਉਹਦੇ ਨਾਲ ਜੋੜਦਾ ਹੈ, ਅਤੇ ਉਹ ਗੁਰੂ ਹੀ ਹੈ ਜਿਹੜਾ ਆਪ ਉਸ ਪਰਮਾਤਮਾ ਦੇ ਦਰਸ਼ਨ ਕਰਕੇ ਸਾਨੂੰ ਉਸਦੇ ਦਰਸ਼ਨ ਕਰਾਉਂਦਾ ਹੈ। ਇਸ ਕਰਕੇ ਮੈਂ ਉਸ ਗੁਰੂ ਤੋਂ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਮੈਂ ਗੁਰੂ ਤੋਂ ਵਾਰੇ ਵਾਰੇ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਇੱਥੋਂ ਹੀ ਆਪਾਂ ਅੱਗੇ ਵੱਧਦੇ ਹਾਂ। ਸ੍ਰੀ ਰਾਗ ਮਹਿਲਾ ਪਹਿਲਾ। ਤ੍ਰਿਗ ਜੀਵਨ ਦੋਹਾਗਨੀ ਮੁੱਠੀ ਦੂਜੈ ਪਾਏ, ਕਲਰ ਕੇਰੀ ਕੰਧ ਜਿਉ ਅਹਿਨਸ ਕਿਰ ਢਹਿ ਪਾਏ, ਬਿਨ ਸ਼ਬਦੈ ਸੁਖ ਨਾ ਥੀਆ ਪਿਰ ਬਿਨ ਦੁੱਖ ਨਾ ਜਾਏ, ਮੁੰਦੇ ਪਿਰ ਬਿਨ ਕਿਆ ਸਿਗਾਰ, ਦਰ ਘਰ ਢੋਈ ਨਾ ਲਹੈ ਦਰਗਹਿ ਝੂਠ ਖੁਆਰ ਰਹਾਓ। ਇੱਥੇ ਕਹਿੰਦੇ ਨੇ ਕਿ ਜਿਹੜੀ ਜੀਵ ਇਸਤਰੀ ਉਸ ਪ੍ਰਭੂ ਪਰਮਾਤਮਾ ਪਤੀ ਨੂੰ ਛੱਡ ਕੇ ਮਾਇਆ ਮੋਹ ਦੇ ਵਿੱਚ ਪਈ ਹੋਈ ਹੈ, ਮਾਇਆ ਮੋਹ ਦੇ ਪਿੱਛੇ ਭੱਜਦੀ ਰਹਿੰਦੀ ਹੈ। ਹੁਣ ਇੱਥੇ ਜੀਵ ਇਸਤਰੀ ਇਸ ਲਈ ਕਿਹਾ ਗਿਆ ਕਿਉਂਕਿ ਅਕਸਰ ਹੀ ਪਰਮਾਤਮਾ ਨੂੰ ਪਤੀ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ। ਇਸ ਲਈ ਬਾਣੀ ਦੇ ਵਿੱਚ ਜ਼ਿਆਦਾਤਰ ਗੁਰੂਆਂ ਨੇ ਜੀਵ ਇਸਤਰੀ ਦੇ ਸੰਦਰਭ ਤੋਂ ਗੱਲ ਕੀਤੀ ਹੈ। ਇਸ ਲਈ ਕਹਿੰਦੇ ਨੇ ਕਿ ਇੱਕ ਜੀਵ ਇਸਤਰੀ ਜਿਹੜੀ ਹੈ ਆਪਦੇ ਅਸਲੀ ਪਤੀ ਨੂੰ, ਆਪਣੇ ਅਸਲੀ ਪਰਮਾਤਮਾ ਨੂੰ ਛੱਡ ਕੇ ਮੋਹ ਮਾਇਆ ਦੇ ਪਿੱਛੇ ਜੇ ਜਿਹੜੀ ਭੱਜ ਰਹੀ ਹੈ ਉਹਦੇ ਵਿੱਚ ਠੱਗੀ ਫਿਰਦੀ ਹੈ, ਤਾਂ ਉਹ ਜਿਹੜੀ ਇਸਤਰੀ ਹੈ ਇੱਕ ਕੱਚੀ ਕੰਧ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਕਿ ਇੱਕ ਕੱਚੀ ਮਿੱਟੀ ਦੀ ਕੰਧ ਹੁੰਦੀ ਹੈ, ਉਹ ਝੱਖਣਾਂ ਹਨੇਰੀਆਂ ਦੇ ਵਿੱਚ ਮੀਹਾਂ ਦੇ ਵਿੱਚ ਹੌਲੀ ਹੌਲੀ ਖੁਰਦੀ ਰਹਿੰਦੀ ਹੈ ਅਤੇ ਇੱਕ ਦਿਨ ਖਤਮ ਹੋ ਜਾਂਦੀ ਹੈ। ਉਸੇ ਤਰ੍ਹਾਂ ਹੀ ਪਰਮਾਤਮਾ ਨੂੰ ਛੱਡ ਕੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਇਨਸਾਨ ਦਾ ਜਿਹੜਾ ਆਤਮਿਕ ਜੀਵਨ ਹੈ ਉਹ ਵੀ ਹੌਲੀ ਹੌਲੀ ਖੁਰਦਾ ਰਹਿੰਦਾ ਹੈ, ਕਿਉਂਕਿ ਮਾਇਆ ਜਿਹੜੀ ਹੈ ਜਾਂ ਪੈਸਾ ਹੈ, ਇਹ ਧਨ ਦੌਲਤਾਂ ਨੇ, ਇਹ ਸਾਨੂੰ ਸੁੱਖ ਨਹੀਂ ਬਲਕਿ ਦੁੱਖ ਦਿੰਦੀਆਂ ਨੇ। ਬਾਹਰੋਂ ਬੇਸ਼ੱਕ ਸਾਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿਖ ਰਹੀਆਂ ਹੋਣ, ਸਹੂਲਤਾਂ ਪ੍ਰਾਪਤ ਹੋ ਰਹੀਆਂ ਹੋਣ ਧਨ ਦੌਲਤ ਦੇ ਕਰਕੇ, ਪਰ ਅੰਦਰੋਂ ਅਸ਼ਾਂਤੀ ਪੈਦਾ ਹੁੰਦੀ ਹੈ। ਜਿੰਨੀ ਮਾਇਆ ਜ਼ਿਆਦਾ ਹੋਵੇਗੀ ਉਨਾ ਹੀ ਮਨ ਅਸ਼ਾਂਤ ਹੋਵੇਗਾ, ਅਤੇ ਮਨ ਦੀ ਜਿਹੜੀ ਸ਼ਾਂਤੀ ਹੈ ਉਹ ਉਸ ਪਰਮਾਤਮਾ ਨਾਲ ਜੁੜਿਆ ਮਿਲਦੀ ਹੈ, ਉਸ ਪਰਮਾਤਮਾ ਦੇ ਵੱਲ ਨੂੰ ਜਾਇਆ ਮਿਲਦੀ ਹੈ। ਮਾਇਆ ਪਿੱਛੇ ਭੱਜਣ ਨਾਲ ਮਨ ਦੀ ਸ਼ਾਂਤੀ ਨਹੀਂ ਮਿਲਦੀ। ਅਤੇ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਇੱਕ ਪਤੀ ਤੋਂ ਬਿਨਾਂ ਇੱਕ ਇਸਤਰੀ ਦਾ ਹਾਰ ਸ਼ਿੰਗਾਰ ਕਰਨਾ ਵਿਅਰਥ ਹੈ, ਉਸੇ ਤਰ੍ਹਾਂ ਹੀ ਉਸ ਅਸਲੀ ਪਰਮਾਤਮਾ ਨੂੰ ਪਛਾਣੇ ਬਿਨਾਂ ਉਹਦੀ ਹਜ਼ੂਰੀ ਦੇ ਵਿੱਚ ਕੀਤੇ ਹੋਏ ਧਾਰਮਿਕ ਉੱਦਮ ਵੀ ਵਿਅਰਥ ਨੇ। ਭਾਵ ਕਿ ਜੇ ਅਸੀਂ ਉਸ ਅਸਲੀ ਪਰਮਾਤਮਾ ਨੂੰ ਪਛਾਣ ਕੇ ਉਹਦੇ ਹੁਕਮ ਦੇ ਵਿੱਚ ਨਹੀਂ ਚੱਲਦੇ ਤਾਂ ਫਿਰ ਅਸੀਂ ਜਿੰਨੀਆਂ ਮਰਜ਼ੀ ਮਾਲਾ ਫੇਰ ਲਈਏ, ਪਾਠ ਕਰ ਲਈਏ, ਗੁਰਦੁਆਰਿਆਂ 'ਚ ਜਾ ਕੇ ਸੇਵਾ ਕਰ ਲਈਏ, ਅਸੀਂ ਲੰਗਰ ਲਾ ਲਈਏ, ਇਹ ਸਾਰੇ ਜਿਹੜੇ ਉੱਦਮ ਨੇ ਇਹ ਉਸੇ ਤਰ੍ਹਾਂ ਨੇ ਜਿੱਦਾਂ ਕਿ ਇੱਕ ਬਿਨਾਂ ਪਤੀ ਵਾਲੀ ਇਸਤਰੀ ਸ਼ਿੰਗਾਰ ਕਰਦੀ ਹੋਵੇ। ਅਤੇ ਜਦੋਂ ਅਸੀਂ ਅਸਲੀ ਪਰਮਾਤਮਾ ਨੂੰ ਛੱਡ ਕੇ ਇਹਨਾਂ ਅਡੰਬਰਾਂ ਦੇ ਵਿੱਚ ਪੈ ਜਾਂਦੇ ਹਾਂ ਤਾਂ ਉਹ ਇੱਕ ਝੂਠਾ ਜੀਵਨ ਹੁੰਦਾ ਹੈ, ਅਤੇ ਝੂਠੇ ਜੀਵਨ ਨੂੰ
ਉਸ ਪਰਮਾਤਮਾ ਦੇ ਦਰ ਤੇ ਸਦਾ ਹੀ ਨਕਾਰਿਆ ਗਿਆ ਹੈ। ਆਪ ਸਜਾਨ ਨ ਭੁੱਲਈ ਸੱਚਾ ਵੱਢ ਕੇ ਰਸਾਨ, ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਨ, ਨੌਨਿਧ ਉਪਜੈ ਨਾਮ ਏਕ ਕਰਮ ਪਵੈ ਨਿਸਾਨ। ਇੱਥੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਕਿਸਾਨ ਹੁੰਦਾ ਹੈ ਜਿਸਨੂੰ ਕਿ ਪਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੀਜ ਬੀਜਣ ਤੋਂ ਪਹਿਲਾਂ ਧਰਤੀ ਨੂੰ ਤਿਆਰ ਕਰਨਾ ਹੈ ਚੰਗੀ ਤਰ੍ਹਾਂ, ਤਾਂ ਕਿ ਉਹ ਬੀਜ ਚੰਗੀ ਤਰ੍ਹਾਂ ਉੱਥੇ ਉਪਜ ਸਕੇ ਅਤੇ ਚੰਗੀ ਫਸਲ ਹੋ ਸਕੇ। ਉਸੇ ਤਰ੍ਹਾਂ ਹੀ ਪਰਮਾਤਮਾ ਵੀ ਇੱਕ ਵੱਡਾ ਕਿਸਾਨ ਹੈ, ਉਸਨੂੰ ਵੀ ਪਤਾ ਹੈ ਕਿ ਕਿਸੇ ਇਨਸਾਨ ਦੇ ਅੰਦਰ, ਕਿਸੇ ਦੇ ਮਨ ਵਿੱਚ ਜਾਂ ਕਿਸੇ ਦੇ ਹਿਰਦੇ ਵਿੱਚ ਨਾਮ ਦਾ, ਸੱਚੇ ਨਾਮ ਦਾ ਬੀਜ ਬੀਜਣ ਤੋਂ ਪਹਿਲਾਂ ਉਹਦੇ ਹਿਰਦੇ ਨੂੰ ਕਿਵੇਂ ਤਿਆਰ ਕਰਨਾ ਹੈ। ਜਿਸ ਤਰ੍ਹਾਂ ਇੱਕ ਕਿਸਾਨ ਖੇਤ ਦੇ ਵਿੱਚੋਂ ਪਹਿਲਾਂ ਜਿਹੜੇ ਕੱਖ ਵਗੈਰਾ ਹੁੰਦੇ ਨੇ ਉਹਨਾਂ ਨੂੰ ਕੱਢਦਾ ਹੈ ਤਾਂ ਕਿ ਉਹ ਉਸਦੀ ਫਸਲ ਨੂੰ ਖਰਾਬ ਨਾ ਕਰਨ, ਉਸੇ ਤਰ੍ਹਾਂ ਹੀ ਸੱਚਾ ਨਾਮ ਆਪਣੇ ਹਿਰਦੇ ਵਿੱਚ ਵਸਾਉਣ ਤੋਂ ਪਹਿਲਾਂ ਆਪਣੇ ਅੰਦਰੋਂ ਵਿਕਾਰਾਂ ਨੂੰ ਕੱਢਣਾ ਜ਼ਰੂਰੀ ਹੈ। ਆਪਣੇ ਅੰਦਰੋਂ ਉਹਨਾਂ ਲੋਭ ਮੋਹ ਹੰਕਾਰ ਵਰਗੇ ਵਿਕਾਰਾਂ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਇਹਨਾਂ ਵਿਕਾਰਾਂ ਨੂੰ ਦੂਰ ਕਰਕੇ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਇੱਕ ਚੰਗੇ ਵਿਚਾਰ, ਇੱਕ ਦਇਆ ਭਾਵ, ਅਡੋਲਤਾ ਪੈਦਾ ਕਰ ਲੈਂਦੇ ਹਾਂ ਤਾਂ ਸਮਝ ਲਵੋ ਕਿ ਆਪਣੀ ਜੋ ਧਰਤੀ ਹੈ, ਆਪਣੀ ਜੋ ਆਤਮਾ ਹੈ, ਉਹ ਉਸ ਪਰਮਾਤਮਾ ਦੇ ਨਾਮ ਦੇ ਲਈ ਤਿਆਰ ਹੋ ਗਈ ਹੈ। ਅਤੇ ਜਦੋਂ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਪਰਮਾਤਮਾ ਦੀ ਮਿਹਰ ਦੇ ਨਾਲ ਸਾਡੇ ਹਿਰਦੇ ਦੇ ਵਿੱਚ ਉਹ ਸੱਚੇ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਸਾਨੂੰ ਉਸਦੀ ਪਛਾਣ ਹੋ ਜਾਂਦੀ ਹੈ। ਅਤੇ ਉਹਦੀ ਪਛਾਣ ਹੋਣ ਤੋਂ ਮਗਰੋਂ ਸਾਡੇ ਲਈ ਮਨੋਂ ਕਈ ਤਰ੍ਹਾਂ ਦੇ ਖਜ਼ਾਨੇ ਖੁੱਲ੍ਹ ਜਾਂਦੇ ਨੇ। ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚੱਜ ਆਚਾਰ, ਅੰਧਲੇ ਨਾਮ ਵਿਸਾਰਿਆ ਮਨਮੁਖ ਅੰਧ ਗਵਾਰ, ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਆਰ। ਕਿ ਜਿਹੜਾ ਮਨੁੱਖ ਜਾਣ ਬੁੱਝ ਕੇ ਉਸ ਪਰਮਾਤਮਾ ਨੂੰ ਪਛਾਣਨ ਤੋਂ ਇਨਕਾਰ ਕਰ ਦਿੰਦਾ ਹੈ, ਜਿਸ ਤਰ੍ਹਾਂ ਕਿ ਹਰ ਬੰਦਾ ਇਹ ਗੱਲ ਕਹਿੰਦਾ ਜ਼ਰੂਰ ਹੈ ਕਿ ਪਰਮਾਤਮਾ ਹਰ ਇੱਕ ਇਨਸਾਨ ਦੇ ਵਿੱਚ ਵੱਸਦਾ ਹੈ, ਪਰ ਫਿਰ ਵੀ ਉਹ ਦੂਜੇ ਇਨਸਾਨਾਂ ਦੀ ਕਦਰ ਨਹੀਂ ਕਰਦਾ, ਉਹਨਾਂ ਦੀ ਹੈਲਪ ਨਹੀਂ ਕਰਦਾ, ਮਦਦ ਨਹੀਂ ਕਰਦਾ, ਜਾਂ ਉਹਨਾਂ ਨਾਲ ਸਿੱਧੇ ਮੂੰਹ ਨਹੀਂ ਬੋਲਦਾ। ਤੇ ਜੇ ਅਸੀਂ ਕਿਸੇ ਦੂਸਰੇ ਇਨਸਾਨ ਨੂੰ ਮੰਦਾ ਬੋਲਦੇ ਹਾਂ ਤਾਂ ਉਹ ਉਸ ਪਰਮਾਤਮਾ ਨੂੰ ਮੰਦਾ ਬੋਲਣਾ ਹੀ ਹੈ। ਤੇ ਜਦੋਂ ਅਸੀਂ ਫਿਰ ਉਸ ਪਰਮਾਤਮਾ ਦੀ ਕਦਰ ਨਹੀਂ ਕਰ ਸਕਦੇ, ਉਸ ਸੱਚੇ ਰੱਬ ਨੂੰ ਪਛਾਣ ਕੇ ਉਹਦੀ ਕਦਰ ਨਹੀਂ ਕਰ ਸਕਦੇ, ਤਾਂ ਜਿਹੜੇ ਸਾਡੇ ਢੰਗ ਨੇ, ਜਿਹੜੇ ਸਾਡੇ ਅਡੰਬਰ ਨੇ, ਉਹ ਕੋਝੇ ਨੇ, ਉਹ ਝੂਠ ਦਾ ਜਾਲ ਹੈ ਜੋ ਅਸੀਂ ਆਪਣੇ ਆਸੇ ਪਾਸੇ ਵਿਛਾ ਲੈਂਦੇ ਹਾਂ। ਤਾਂ ਫਿਰ ਕਹਿੰਦੇ ਨੇ ਕਿ ਉਸ ਪਰਮਾਤਮਾ ਦੇ ਨਾਮ ਤੋਂ ਜਿਹੜਾ ਅੰਨਾ ਮਨੁੱਖ ਹੈ ਉਹ ਇਹਨਾਂ ਕੋਝੀਆਂ ਹਰਕਤਾਂ ਦੇ ਵਿੱਚ ਪਿਆ ਰਹਿੰਦਾ ਹੈ ਅਤੇ ਉਸ ਸੱਚੇ ਪਰਮਾਤਮਾ ਤੋਂ ਵਿਛੜਿਆ ਰਹਿੰਦਾ ਹੈ। ਇਸ ਕਰਕੇ ਉਹਦੀ ਜ਼ਿੰਦਗੀ ਦੇ ਵਿੱਚ ਹਨੇਰਾ ਹੀ ਹਨੇਰਾ ਰਹਿੰਦਾ ਹੈ, ਚਾਨਣ ਕਦੇ ਹੁੰਦਾ ਹੀ ਨਹੀਂ। ਅਸਲੀ ਪਰਮਾਤਮਾ ਨੂੰ ਜਾਣੇ ਬਿਨਾਂ ਇਹਨਾਂ ਅਡੰਬਰਾਂ ਦੇ ਵਿੱਚ ਪਿਆ ਹੋਇਆ ਮਨੁੱਖ ਉਸ ਤਰ੍ਹਾਂ ਹੈ ਜਿੱਦਾਂ ਕਿ ਪਾਣੀ ਦੇ ਦੀਵੇ ਬਾਲ ਰਿਹਾ ਹੋਵੇ, ਅਤੇ ਅਸਲੀ ਜੋ ਤੇਲ ਵਾਲਾ ਦੀਵਾ ਹੈ ਜਿਹਨੇ ਚਾਨਣ ਕਰਨਾ ਹੈ ਉਹਦੇ ਵੱਲ ਉਹਦਾ ਧਿਆਨ ਹੀ ਨਹੀਂ ਹੈ। ਇਹੀ ਕਾਰਨ ਹੈ ਕਿ ਉਹ ਮਨੁੱਖ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਇੱਥੇ ਫਿਰ ਇਸ ਪੰਕਤੀ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ ਕਿ ਇਹ ਜਨਮ ਮਰਨ ਦਾ ਜਿਹੜਾ ਗੇੜ ਹੈ ਇਹ ਕੋਈ 84 ਲੱਖ ਜੂਨਾਂ ਜਿਹੜੀਆਂ ਸਾਨੂੰ ਦੱਸੀਆਂ ਗਈਆਂ ਨੇ ਉਹ ਗੇੜ ਨਹੀਂ ਹੈ। ਇੱਥੇ ਕਹਿੰਦੇ ਨੇ ਕਿ ਅਜਿਹਾ ਮਨੁੱਖ ਜਿਹੜਾ ਉਹ ਹਰ ਰੋਜ਼ ਜੰਮਦਾ ਹੈ, ਹਰ ਰੋਜ਼
ਮਰਦਾ ਹੈ ਜਦੋਂ ਉਹ ਖੁਸ਼ੀ ਦੇ ਮਾਹੌਲ ਦੇ ਵਿੱਚ ਹੈ। ਜਦੋਂ ਉਹਦਾ ਮਨ ਕੁਝ ਪਲ ਲਈ ਖੁਸ਼ ਹੈ ਤਾਂ ਸਮਝੋ ਕਿ ਉਹਦਾ ਜਨਮ ਹੋਇਆ ਹੈ, ਅਤੇ ਅਗਲੇ ਹੀ ਪਲ ਉਹਦਾ ਮਨ ਉਦਾਸ ਹੋ ਜਾਂਦਾ ਹੈ, ਉਹ ਫਿਰ ਤੋਂ ਚਿੰਤਾਵਾਂ ਦੇ ਵਿੱਚ ਗ੍ਰਸਤ ਹੋ ਜਾਂਦਾ ਹੈ, ਤਾਂ ਸਮਝੋ ਕਿ ਉਸਦੀ ਮੌਤ ਹੋ ਜਾਂਦੀ ਹੈ। ਤਾਂ ਅਜਿਹਾ ਮਨੁੱਖ ਜਿਹੜਾ ਆਮ ਮਨੁੱਖ, ਜੇ ਆਪਾਂ ਜਿਹੜੇ ਹੈਗੇ ਹਾਂ ਆਮ ਮਨੁੱਖ, ਇੱਦਾਂ ਹੀ ਕਰਦੇ ਹਾਂ। ਅਸੀਂ ਇਹਨਾਂ ਜਨਮਾਂ ਮਰਨਾਂ ਦੇ ਚੱਕਰਾਂ 'ਚ ਫਸੇ ਹੀ ਰਹਿੰਦੇ ਹਾਂ। ਛੋਟੀ ਜਿਹੀ ਖੁਸ਼ੀ ਮਿਲਦੀ ਹੈ, ਅਸੀਂ ਖੁਸ਼ ਹੋ ਲੈਂਦੇ ਹਾਂ, ਅਤੇ ਫਿਰ ਅਗਲੇ ਹੀ ਪਲ ਕੋਈ ਚਿੰਤਾ ਸਾਨੂੰ ਘੇਰ ਲੈਂਦੀ ਹੈ ਅਤੇ ਅਸੀਂ ਦੁਖੀ ਹੋ ਜਾਂਦੇ ਹਾਂ। ਤਾਂ ਉਸ ਪਰਮਾਤਮਾ ਨੂੰ, ਸੱਚੇ ਪਰਮਾਤਮਾ ਨੂੰ ਪਛਾਣੇ ਬਿਨਾਂ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਫਸੇ ਰਹਿੰਦੇ ਹਾਂ। ਚੰਦਨ ਮੋਲ ਅਨਾਇਆ ਕੁੰਗ ਮਾਂਗ ਸੰਧੂਰ, ਚੋਆ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ, ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ। ਇੱਥੇ ਫਿਰ ਤੋਂ ਇੱਕ ਜੀਵ ਇਸਤਰੀ ਦੀ ਉਦਾਹਰਣ ਲੈਂਦੇ ਹੋਏ ਗੁਰੂ ਜੀ ਕਹਿ ਰਹੇ ਨੇ ਕਿ ਜੇ ਮੰਨ ਲਵੋ ਕਿ ਕੋਈ ਇਸਤਰੀ ਹੈ ਜਿਸਨੇ ਆਪਣੇ ਪਤੀ ਨੂੰ ਰਿਝਾਉਣ ਦੇ ਲਈ, ਪਤੀ ਨੂੰ ਖੁਸ਼ ਕਰਨ ਦੇ ਲਈ ਇੱਕ ਚੰਦਨ ਮੰਗਾ ਲਿਆ ਹੈ, ਤਾਂ ਕਿ ਆਪਣੇ ਸਰੀਰ ਦੇ ਉੱਤੇ ਉਸ ਚੰਦਨ ਨੂੰ ਲਗਾ ਕੇ ਆਪਣੇ ਸਰੀਰ ਨੂੰ ਮਹਿਕਾ ਸਕੇ, ਅਤੇ ਆਪਣੇ ਚੀਰਾਂ ਦੇ ਵਿੱਚ, ਜੋ ਸਿਰ ਦੇ ਵਾਲਾਂ ਦੇ ਚੀਰ ਹੁੰਦੇ ਨੇ, ਉਹਦੇ ਵਿੱਚ ਭਰਨ ਦੇ ਲਈ ਸੰਧੂਰ ਮੰਗਾ ਲਿਆ ਹੈ, ਤਾਂ ਕਿ ਉਹ ਉਸ ਨੂੰ ਸੁੰਦਰ ਬਣਾ ਸਕੇ। ਕਮਰੇ ਦੇ ਵਿੱਚ ਕਪੂਰ ਰੱਖ ਲਿਆ ਹੈ, ਕੇਸਰ ਰੱਖ ਲਿਆ ਹੈ, ਤਾਂ ਕਿ ਕਮਰੇ ਦੇ ਵਿੱਚੋਂ ਵੀ ਸੁਗੰਧੀਆਂ ਆ ਸਕਣ, ਅਤੇ ਆਪਣੇ ਪਤੀ ਦੇ ਵਾਸਤੇ ਪਾਨ ਵੀ ਮੰਗਵਾ ਲਿਆ ਹੈ, ਤਾਂ ਕਿ ਉਹ ਖੁਸ਼ ਹੋ ਸਕੇ। ਪਰ ਇਹ ਸਾਰਾ ਕੁਝ ਜਿਹੜਾ ਹੈ ਇੱਕ ਬਾਹਰੀ ਹੈ। ਅੰਦਰੋਂ ਜੇ ਉਹ ਇਸਤਰੀ ਇੱਕ ਸੱਚੇ ਪਿਆਰ ਦਾ ਭਾਵ ਆਪਣੇ ਪਤੀ ਨੂੰ ਮਹਿਸੂਸ ਨਹੀਂ ਕਰਵਾ ਸਕਦੀ, ਤਾਂ ਇਹ ਸਾਰਾ ਕੁਝ ਵੀ ਵਿਅਰਥ ਹੋਵੇਗਾ। ਉਹਦਾ ਪਤੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਵੀ ਖੁਸ਼ ਨਹੀਂ ਹੋ ਪਾਏਗਾ। ਅਤੇ ਇਹੀ ਹਾਲ ਆਪਣੇ ਜੀਵਾਂ ਦਾ ਹੈ। ਅਸੀਂ ਬਹੁਤ ਤਰ੍ਹਾਂ ਦੇ ਧਾਰਮਿਕ ਅਡੰਬਰ ਕਰਦੇ ਹਾਂ। ਅਸੀਂ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਗੱਲ ਕਰ ਚੁੱਕਿਆ ਹਾਂ, ਅਸੀਂ ਪਾਠ ਪੂਜਾ ਵੀ ਕਰਦੇ ਹਾਂ, ਅਸੀਂ ਲੰਗਰ ਵੀ ਲਗਾਉਂਦੇ ਹਾਂ, ਅਸੀਂ ਦਾਨ ਪੁੰਨ ਵੀ ਕਰਦੇ ਹਾਂ, ਧੂਫ ਬੱਤੀਆਂ ਵੀ ਕਰਦੇ ਹਾਂ, ਪਰ ਅਸੀਂ ਜਦੋਂ ਤੱਕ ਉਸ ਸੱਚੇ ਪਰਮਾਤਮਾ ਨੂੰ ਨਹੀਂ ਮੰਨਦੇ, ਉਸ ਨੂੰ ਨਹੀਂ ਪਛਾਣਦੇ, ਉਹਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਨਹੀਂ ਜਿਉਂਦੇ। ਦੇਖੋ ਹੁੰਦਾ ਕੀ ਹੈ ਕਿ ਇੱਕ ਇਨਸਾਨ ਜਿਹੜਾ ਹੈ, ਮੰਨ ਲਵੋ ਕਿ ਇੱਕ ਮਹੀਨੇ ਦੇ ਵਿੱਚ ਇੱਕ ਦਿਨ ਉਸਨੇ ਲੰਗਰ ਲਗਾ ਕੇ ਗਰੀਬਾਂ ਨੂੰ ਭੋਜਨ ਕਰਵਾ ਦਿੱਤਾ, ਪਰ ਬਾਕੀ ਦਾ ਸਾਰਾ ਮਹੀਨਾ ਉਹ ਜ਼ਿੰਦਗੀ ਆਪਦੇ ਮਨ ਦੇ ਹਿਸਾਬ ਨਾਲ ਮੋਹ ਮਾਇਆ ਦੇ ਪਿੱਛੇ ਭੱਜਦਾ ਹੋਇਆ ਗੁਜ਼ਾਰ ਦਿੰਦਾ ਹੈ, ਤਾਂ ਕੀ ਉਸ ਇੱਕ ਮਹੀਨਾ ਇੱਕ ਦਿਨ ਦੇ ਲੰਗਰ ਨਾਲ ਉਸਨੂੰ ਪਰਮਾਤਮਾ ਮਿਲ ਜਾਵੇਗਾ? ਅਜਿਹਾ ਨਹੀਂ ਹੁੰਦਾ ਹੈ। ਇਸੇ ਗੱਲ ਨੂੰ ਜੇ ਆਪਾਂ ਇਸ ਇਸਤਰੀ ਵਾਲੀ ਉਦਾਹਰਣ ਦੇ ਤੌਰ 'ਤੇ ਵੇਖੀਏ ਕਿ ਜੇ ਕੋਈ ਇਸਤਰੀ ਸਾਰਾ ਦਿਨ ਆਪਣੇ ਪਤੀ ਦੇ ਨਾਲ ਲੜਦੀ ਰਹੇ ਅਤੇ ਸ਼ਾਮ ਨੂੰ ਚੰਗੀ ਤਰ੍ਹਾਂ ਤਿਆਰ ਵਿਆਰ ਹੋ ਜਾਵੇ, ਮਹਿਕਾਂ ਵੀ ਲਾ ਲਵੇ, ਤਾਂ ਵੀ ਉਹ ਉਸ ਪਤੀ ਨੂੰ ਚੰਗੀ ਨਹੀਂ ਲੱਗੇਗੀ। ਉਸੇ ਤਰ੍ਹਾਂ ਹੀ ਜਿੱਦਾਂ ਕਿ ਮਹੀਨਾ ਮਾਇਆ, ਇੱਕ ਪੂਰਾ ਮਹੀਨਾ ਮਾਇਆ ਪਿੱਛੇ ਭੱਜ ਕੇ ਇੱਕ ਦਿਨ ਲੰਗਰ ਲਗਾ ਕੇ ਕੋਈ ਇਨਸਾਨ ਉਸ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਤਾਂ ਫਿਰ ਤੋਂ ਉਹੀ ਗੱਲ ਹੈ ਕਿ ਜਿੰਨਾ ਚਿਰ ਅਸੀਂ ਉਸ ਸੱਚੇ ਪਰਮਾਤਮਾ ਨੂੰ ਨਹੀਂ ਪਛਾਣਦੇ ਅਤੇ ਉਹਦੇ ਅਨੁਸਾਰ ਨਹੀਂ ਚੱਲਦੇ, ਇਹ ਸਾਰੇ ਉੱਦਮ ਜਿਹੜੇ ਨੇ ਉਹ ਵਿਅਰਥ ਨੇ। ਸਭ ਰਸ ਭੋਗਣ ਬਾਅਦ ਹੈ ਸਭ ਸ਼ਿੰਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋ ਹੈ ਗੁਰਦੁਆਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਇੱਥੇ ਕਹਿੰਦੇ ਨੇ ਕਿ ਜਦੋਂ ਤੱਕ ਮਨੁੱਖ ਦਾ ਮਨ ਜਿਹੜਾ ਹੈ ਗੁਰੂ ਦੇ ਸ਼ਬਦ ਦੇ ਨਾਲ ਵਿਜਿਆ ਨਹੀਂ ਜਾਂਦਾ, ਜਦੋਂ ਤੱਕ ਗੁਰੂ ਦਾ ਸ਼ਬਦ ਮਨ ਦੇ ਵਿੱਚ ਵਸ ਨਹੀਂ ਜਾਂਦਾ, ਉਸ ਸੱਚੇ ਪਰਮਾਤਮਾ ਦਾ ਨਾਮ
ਮਨ ਦੇ ਵਿੱਚ ਚੰਗੀ ਤਰ੍ਹਾਂ ਨਾਲ ਵਸ ਨਹੀਂ ਜਾਂਦਾ ਉਦੋਂ ਤੱਕ ਉਸ ਗੁਰੂ ਦੇ ਦਰ 'ਤੇ ਸ਼ੋਭਾ ਨਹੀਂ ਮਿਲਦੀ। ਕਿਉਂਕਿ ਜਿਹੜੇ ਬਾਹਰੀ ਦਿਖਾਵੇ ਨੇ ਜਿਹੜੇ ਅਸੀਂ ਆਪਣੇ ਸਰੀਰ 'ਤੇ ਵਰਤਦੇ ਹਾਂ ਉਹ ਤਾਂ ਇੱਕ ਦਿਨ ਵਿਅਰਥ ਹੋ ਜਾਣੇ ਨੇ, ਕਿਉਂਕਿ ਇਹ ਸਰੀਰ ਮਿੱਟੀ ਹੋ ਜਾਣਾ ਹੈ, ਇਹ ਸਰੀਰ ਨੇ ਸੜ ਕੇ ਸਵਾਹ ਹੋ ਜਾਣਾ ਹੈ। ਪਰ ਜੋ ਗੁਰੂ ਦਾ ਸ਼ਬਦ ਹੈ, ਜੋ ਆਤਮਾ ਹੈ, ਉਹ ਸਵਾਹ ਨਹੀਂ ਹੁੰਦੀ। ਉਸ ਆਤਮਾ ਨੇ ਉਸ ਪਰਮਾਤਮਾ ਦੇ ਦਰ 'ਤੇ ਸ਼ੋਭਾ ਪਾਉਣੀ ਹੈ। ਅਤੇ ਅਜਿਹੇ ਕੁਝ ਹੀ ਭਾਗਾਂ ਵਾਲੇ ਮਨੁੱਖ ਹੁੰਦੇ ਨੇ ਜਿਨ੍ਹਾਂ ਨੂੰ ਉਹ ਸੱਚੇ ਪ੍ਰਭੂ ਪਰਮਾਤਮਾ ਦਾ ਮਿਲਾਪ ਹੁੰਦਾ ਹੈ, ਜਿਹੜੇ ਉਸਨੂੰ ਸੱਚੀ ਤਰ੍ਹਾਂ ਨਾਲ ਪਛਾਣ ਕੇ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਜਿਉਂਦੇ ਨੇ ਅਤੇ ਦੁਨਿਆਵੀ ਅਡੰਬਰਾਂ ਤੋਂ, ਦੁਨਿਆਵੀ ਚੀਜ਼ਾਂ ਤੋਂ ਦੂਰ ਰਹਿੰਦੇ ਨੇ। ਅਤੇ ਫਿਰ ਅਜਿਹੇ ਲੋਕਾਂ ਦਾ ਜਿਹੜਾ ਨਾਮ ਹੈ, ਜਿਹੜਾ ਉਹਨਾਂ ਦਾ ਸਰੀਰ ਹੈ, ਉਹ ਮਿੱਟੀ ਹੋ ਗਿਆ ਹੈ। ਦੁਨੀਆਂ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਹੋਏ ਨੇ, ਜਾਂ ਜਿਸ ਤਰ੍ਹਾਂ ਸਾਡੇ ਗੁਰੂ ਹੀ ਆਪਾਂ ਮੰਨ ਲਈਏ, ਸਾਡੇ ਗੁਰੂ ਹੋਏ ਨੇ, ਜਿਨ੍ਹਾਂ ਦੇ ਸਰੀਰ ਸੜ ਕੇ ਸਵਾਹ ਹੋ ਗਏ ਨੇ, ਪਰ ਉਹਨਾਂ ਦੀਆਂ ਆਤਮਾਵਾਂ, ਉਹਨਾਂ ਦੇ ਵਿਚਾਰ ਅੱਜ ਵੀ ਸਾਡੇ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ ਗੂੰਜਦੇ ਨੇ, ਅੱਜ ਵੀ ਸਾਨੂੰ ਉਹ ਸਿੱਖਿਆਵਾਂ ਦੇ ਰਹੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੀ ਇੱਕ ਬਹੁਤ ਵੱਡੀ ਉਦਾਹਰਣ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਰੂ ਸਾਡੇ ਸਾਰੇ ਗੁਰੂ ਸਾਡੇ ਵਿੱਚ ਮੌਜੂਦ ਨੇ। ਬੇਸ਼ੱਕ ਉਹਨਾਂ ਦੇ ਸਰੀਰ ਬਹੁਤ ਪਹਿਲਾਂ ਖਤਮ ਹੋ ਚੁੱਕੇ ਨੇ, ਪਰ ਉਹਨਾਂ ਦੇ ਵਿਚਾਰ ਅੱਜ ਵੀ ਸਾਡੇ ਵਿੱਚ ਘੁੰਮਦੇ ਨੇ। ਤਾਂ ਇਹੀ ਹੁੰਦਾ ਹੈ ਉਸ ਸੱਚੇ ਪ੍ਰਭੂ ਨੂੰ ਮਿਲਣ ਦਾ ਅਸਲੀ ਫਾਇਦਾ। ਸ੍ਰੀ ਰਾਗ ਮਹਿਲਾ ਪਹਿਲਾ। ਸੁੰਨੀ ਦੇ ਡਰਾਵਣੀ ਜਾ ਜੀਓ ਵਿੱਚ ਜਾਏ, ਭਾਹੇ ਬੁਲੰਦੀ ਵਿੱਜ ਵੀ ਧੂ ਨਾ ਨਿਕਸਿਓ ਕਾਏ, ਪੰਚੇ ਰੁੰਨੇ ਦੁੱਖ ਭਰੇ ਵਿਨਸੇ ਦੂਜਾ ਭਾਏ, ਮੂੜੇ ਰਾਮ ਜਪੋ ਗੁਣਸਾਰ ਹਉਮੈ ਮਮਤਾ ਮੋਹਣੀ, ਸਭ ਮੁੱਠੀ ਅਹੰਕਾਰ ਰਹਾਓ। ਕਿ ਜਦੋਂ ਜਿੰਦ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ, ਜਦੋਂ ਆਤਮਾ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ, ਜਾਂ ਇਹ ਕਹੀਏ ਕਿ ਜਦੋਂ ਉਹ ਪਰਮਾਤਮਾ ਸਰੀਰ ਦੇ ਵਿੱਚੋਂ ਨਿਕਲ ਜਾਂਦਾ ਹੈ, ਤਾਂ ਸਰੀਰ ਉੱਜੜ ਜਾਂਦਾ ਹੈ ਅਤੇ ਉਸੇ ਸਰੀਰ ਤੋਂ ਡਰ ਲੱਗਣ ਲੱਗ ਪੈਂਦਾ ਹੈ। ਇੱਕ ਇਨਸਾਨ ਜਦੋਂ ਜਿਉਂਦਾ ਹੈ ਅਤੇ ਮਰਨ ਕਿਨਾਰੇ ਵੀ ਹੈ, ਤਾਂ ਵੀ ਉਹਦੇ ਆਲੇ ਦੁਆਲੇ ਅਸੀਂ ਬੈਠੇ ਰਹਿੰਦੇ ਹਾਂ, ਸਾਨੂੰ ਡਰ ਨਹੀਂ ਹੁੰਦਾ, ਸਾਨੂੰ ਉਸ ਇਨਸਾਨ ਨਾਲ ਲਗਾਵ ਹੁੰਦਾ ਹੈ, ਪਿਆਰ ਹੁੰਦਾ ਹੈ। ਪਰ ਜਦੋਂ ਹੀ ਉਹ ਮਰ ਜਾਂਦਾ ਹੈ ਤਾਂ ਉਹਦੇ ਕੋਲ ਜਾਣ ਤੋਂ ਲੋਕ ਡਰਦੇ ਨੇ। ਅਕਸਰ ਹੀ ਆਪਾਂ ਵੇਖਦੇ ਹਾਂ ਸ਼ਮਸ਼ਾਨ ਘਾਟ ਵਿੱਚ ਜਾਣ ਤੋਂ ਲੋਕ ਬਹੁਤ ਡਰਦੇ ਨੇ। ਹੁਣ ਜੇ ਦੇਖਿਆ ਜਾਵੇ ਤਾਂ ਸਰੀਰ ਹੈ, ਸਰੀਰ ਦੀਆਂ ਸਾਰੀਆਂ ਇੰਦਰੀਆਂ ਉਸੇ ਤਰ੍ਹਾਂ ਨੇ। ਜਦੋਂ ਇਨਸਾਨ ਜਿਉਂਦਾ ਸੀ ਉਹ ਉਦੋਂ ਵੀ ਉੱਦਾਂ ਹੀ ਸੀ, ਅਤੇ ਜਦੋਂ ਉਹ ਮਰ ਗਿਆ ਸਰੀਰ ਉਸ ਵਕਤ ਵੀ ਉੱਦਾਂ ਹੀ ਹੈ। ਪਰ ਵਿੱਚੋਂ ਨਿਕਲਦਾ ਕੀ ਹੈ? ਨਿਕਲਦੀ ਹੈ ਉਹ ਆਤਮਾ, ਨਿਕਲਦਾ ਹੈ ਵਿੱਚੋਂ ਉਹ ਪਰਮਾਤਮਾ। ਅਤੇ ਜਦੋਂ ਹੀ ਉਹ ਨਿਕਲਿਆ ਤਾਂ ਉਹੀ ਸਰੀਰ ਜਿਹਨੂੰ ਅਸੀਂ ਪਲਕ ਪਹਿਲਾਂ ਪਿਆਰ ਕਰ ਰਹੇ ਸੀ, ਉਹੀ ਸਰੀਰ ਸਾਡੇ ਲਈ ਇੱਕ ਡਰ ਦਾ ਕਾਰਨ ਬਣ ਜਾਂਦਾ ਹੈ। ਅਸੀਂ ਉਸੇ ਸਰੀਰ ਤੋਂ ਡਰਨ ਲੱਗ ਪੈਂਦੇ ਹਾਂ। ਕੋਈ ਵੀ ਸਾਹ ਉਸ ਸਰੀਰ ਦੇ ਵਿੱਚ ਨਾ ਜਾਂਦਾ ਹੈ ਨਾ ਆਉਂਦਾ ਹੈ। ਜਿਹੜੀਆਂ ਪੰਜੇ ਇੰਦਰੀਆਂ ਨੇ, ਜਿੱਦਾਂ ਅੱਖ, ਕੰਨ, ਮੂੰਹ, ਨੱਕ, ਵਾਹ ਆਦਿ, ਉਹ ਸਾਰੀਆਂ ਵਿਅਰਥ ਹੋ ਜਾਂਦੀਆਂ ਨੇ। ਹੈਗੀਆਂ ਹਜੇ ਵੀ ਉਵੇਂ ਹੀ ਨੇ, ਉਸੇ ਤਰ੍ਹਾਂ ਨੇ, ਉਸੇ ਤਰ੍ਹਾਂ ਅੱਖਾਂ ਖੁੱਲੀਆਂ ਵੀ ਨੇ, ਪਰ ਉਹਨਾਂ ਦੇ ਵਿੱਚ ਜੋ ਚੀਜ਼ ਦੇਖਦੀ ਸੀ ਉਹ ਖਤਮ ਹੋ ਗਈ। ਹੁਣ ਜੇ ਆਪਾਂ ਵੇਖੀਏ ਤਾਂ ਅੱਖਾਂ ਤਾਂ ਇੱਕ ਖਿੜਕੀ ਦੀ ਤਰ੍ਹਾਂ ਨੇ, ਅੱਖਾਂ ਤਾਂ ਇੱਕ ਜ਼ਰੀਆ ਨੇ ਵੇਖਣ ਦਾ। ਅੰਦਰੋਂ ਜੋ ਵੇਖ ਰਿਹਾ ਹੈ ਉਹ ਤਾਂ ਕੋਈ ਹੋਰ ਹੀ ਹੈ। ਸਾਡੇ ਕੰਨ ਜੇ ਸੁਣ ਰਹੇ ਨੇ ਤਾਂ ਕੰਨ ਨਹੀਂ ਸੁਣ ਰਹੇ, ਅੰਦਰ ਜੋ ਸਾਡੇ ਆਤਮਾ ਬੈਠੀ ਹੈ, ਜੋ ਸਾਡੇ ਪਰਮਾਤਮਾ ਬੈਠਾ ਹੈ, ਉਹ ਸੁਣ ਰਿਹਾ ਹੈ।
ਤਾਂ ਕਹਿੰਦੇ ਨੇ ਕਿ ਹੇ ਮੂਰਖ ਜੀਵ, ਉਸ ਦਸ਼ਾ ਨੂੰ ਯਾਦ ਕਰਕੇ ਆਪਦੇ ਅੰਦਰ ਪਰਮਾਤਮਾ ਨੂੰ ਪਛਾਣਨ ਦੀ ਕੋਸ਼ਿਸ਼ ਕਰ। ਆਪਣੇ ਸਰੀਰ ਨੂੰ ਹੀ ਵੱਡਾ ਮੰਨ ਕੇ, ਇਹਦੀਆਂ ਹੀ ਮੰਨ ਕੇ ਨਾ ਤੁਰਿਆ ਫਿਰ। ਆਪਣੇ ਸਰੀਰ ਨੂੰ ਹੀ ਵਿਕਸਿਤ ਨਾ ਕਰੀ ਜਾਂ ਆਪਣੇ ਮਨ 'ਤੇ ਵੀ ਧਿਆਨ ਦੇ। ਉਹ ਮਨ ਜਿਹੜਾ ਕਿ ਮਾਇਆ ਦੇ ਮੋਹ ਵਿੱਚ ਅਤੇ ਹੰਕਾਰ ਵਿੱਚ ਡੁੱਬਿਆ ਹੋਇਆ ਹੈ, ਉਸ ਮਨ 'ਤੇ ਵੀ ਥੋੜ੍ਹਾ ਜਿਹਾ ਧਿਆਨ ਦੇ ਅਤੇ ਇਹ ਮੰਨ ਲੈ ਕਿ ਪਰਮਾਤਮਾ ਤੇਰੇ ਅੰਦਰ ਵੱਸਦਾ ਹੈ। ਉਸ ਅੰਦਰ ਵੱਸਦੇ ਹੋਏ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ, ਉਹਨਾਂ ਗੁਣਾਂ ਨੂੰ ਪਛਾਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈ, ਤਾਂ ਹੀ ਤੇਰਾ ਸਹੀ ਵਿਕਾਸ ਹੋਵੇਗਾ। ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਦੁਬਿਧਾ ਲਾਗੇ ਪਚਮੋਏ ਅੰਤਰ ਤ੍ਰਿਸ਼ਨਾ ਅੱਗ, ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦਾ ਠੱਗ। ਜਿਹੜੇ ਬੰਦੇ ਦੁਨਿਆਵੀ ਕਾਰਾਂ ਵਿਹਾਰਾਂ ਦੇ ਵਿੱਚ ਲੱਗੇ ਰਹੇ ਅਤੇ ਉਸ ਸੱਚੇ ਪਰਮਾਤਮਾ ਨੂੰ ਭੁੱਲ ਗਏ, ਜਿਹੜੇ ਸਦਾ ਹੀ ਤੇਰ ਮੇਰ ਵਿੱਚ ਫਸੇ ਰਹੇ ਕਿ ਇਹ ਤੇਰਾ ਹੈ ਇਹ ਮੇਰਾ ਹੈ, ਜਦਕਿ ਅਸਲ ਸੱਚਾਈ ਇਹ ਹੈ ਕਿ ਜੋ ਕੁਝ ਵੀ ਹੈ ਉਸ ਪਰਮਾਤਮਾ ਦਾ ਹੈ। ਸਾਡੇ ਅੰਦਰ ਜਿਹੜੇ ਸਾਹ ਨੇ, ਜਦੋਂ ਉਹੀ ਉਸ ਪਰਮਾਤਮਾ ਦੇ ਬਖਸ਼ੇ ਹੋਏ ਨੇ, ਤਾਂ ਫਿਰ ਤੇਰਾ ਮੇਰਾ ਕੀ ਹੈ? ਜਿਹੜਾ ਇਹ ਤੇਰਾ ਮੇਰਾ ਅਸੀਂ ਕਰਦੇ ਹਾਂ, ਇਹ ਤਾਂ ਸਾਡੇ ਸਰੀਰ ਦੇ ਮਗਰ ਲੱਗ ਕੇ ਕਰਦੇ ਹਾਂ। ਇੱਕ ਅਜਿਹਾ ਸਰੀਰ ਜਿਹਨੇ ਇੱਕ ਦਿਨ ਸੜ ਕੇ ਸਵਾਹ ਹੋ ਜਾਣਾ ਹੈ। ਇਹ ਤੇਰਾ ਮੇਰਾ ਜੋ ਹੈ, ਇਹ ਸਰੀਰ ਦਾ ਤਾਂ ਹੋ ਸਕਦਾ ਹੈ, ਪਰ ਆਤਮਾ ਦਾ ਨਹੀਂ ਹੋ ਸਕਦਾ, ਉਸ ਪਰਮਾਤਮਾ ਦਾ ਨਹੀਂ ਹੋ ਸਕਦਾ। ਅਤੇ ਜਿਹੜੇ ਬੰਦੇ ਫਿਰ ਇਸ ਸਰੀਰ ਦੇ ਮਗਰ ਲੱਗ ਕੇ ਤੁਰਦੇ ਨੇ, ਉਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਬਲਦੇ ਰਹਿੰਦੇ ਨੇ ਅਤੇ ਉਹਦੇ ਵਿੱਚ ਬਲ ਬਲ ਕੇ ਇੱਕ ਦਿਨ ਸਵਾਹ ਹੋ ਜਾਂਦੇ ਨੇ। ਉਹ ਤ੍ਰਿਸ਼ਨਾ ਦੀ ਅੱਗ ਉਸ ਪਰਮਾਤਮਾ ਨੂੰ ਪਛਾਣਿਆ ਹੀ ਬੁਝਦੀ ਹੈ। ਉਸ ਤ੍ਰਿਸ਼ਨਾ ਨੂੰ ਅਸੀਂ ਹੋਰ ਹੋਰ ਮਾਇਆ ਇਕੱਠੀ ਕਰਕੇ ਨਹੀਂ ਬੁਝਾ ਸਕਦੇ। ਜਿੰਨੀ ਮਾਇਆ ਅਸੀਂ ਇਕੱਠੀ ਕਰਾਂਗੇ, ਜਿੰਨੀ ਧਨ ਦੌਲਤ ਇਕੱਠੀ ਕਰਾਂਗੇ, ਉਹ ਤਾਂ ਉਸ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਤੇਲ ਦਾ ਕੰਮ ਕਰਦੇ ਨੇ। ਉਹਦੇ ਨਾਲ ਤਾਂ ਉਹ ਅੱਗ ਹੋਰ ਭੜਕਦੀ ਹੈ, ਹੋਰ ਇੱਛਾਵਾਂ ਪੈਦਾ ਹੁੰਦੀਆਂ ਨੇ। ਉਸ ਅੱਗ ਨੂੰ ਬੁਝਾਉਣਾ ਹੈ ਤਾਂ ਉਸ ਪਰਮਾਤਮਾ ਨੂੰ ਪਛਾਣਨ ਦੀ ਲੋੜ ਹੈ। ਉਹੀ ਗੁਰੂ ਹੈ ਜਿਹਨੇ ਸਾਡੀ ਰਾਖੀ ਕਰਨੀ ਹੈ ਉਸ ਅੱਗ ਤੋਂ। ਜੇ ਅਸੀਂ ਉਸ ਪਰਮਾਤਮਾ ਨੂੰ ਨਹੀਂ ਪਛਾਣ ਪਾਏ, ਤਾਂ ਫਿਰ ਅਸੀਂ ਉਸ ਅੱਗ ਦੇ ਵਿੱਚ ਬਲਦੇ ਬਲਦੇ ਸਾਡਾ ਸਰੀਰ ਤਾਂ ਬਾਅਦ ਵਿੱਚ ਬਲੇਗਾ, ਪਹਿਲਾਂ ਸਾਡੀ ਆਤਮਾ ਮਰ ਜਾਣੀ ਹੈ। ਅਸੀਂ ਇਹਨਾਂ ਦੁਨਿਆਵੀ ਚੀਜ਼ਾਂ ਦੇ ਵੱਲੋਂ ਠੱਗੇ ਜਾਵਾਂਗੇ, ਦੁਨਿਆਵੀ ਜਿਹੜੇ ਵਿਕਾਰ ਨੇ ਇਹ ਸਾਨੂੰ ਠੱਗ ਲੈਣਗੇ। ਮੂਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ, ਧੰਦਾ ਥੱਕਾ ਹਉ ਮੂਈ, ਮਮਤਾ ਮਾਇਆ ਕ੍ਰੋਧ, ਕਰਮ ਮਿਲੈ ਸੱਚ ਪਾਈਐ, ਗੁਰਮੁਖ ਸਦਾ ਨਿਰੋਧ। ਇੱਥੇ ਫਿਰ ਤੋਂ ਆਪਣੀਆਂ ਇੰਦਰੀਆਂ ਦੀ ਗੱਲ ਹੋ ਰਹੀ ਹੈ, ਜਿੱਦਾਂ ਕਿ ਅੱਖ, ਕੰਨ, ਨੱਕ, ਮੂੰਹ ਅਤੇ ਹੱਥ ਆਦਿ। ਇਹ ਜਿਹੜੀਆਂ ਇੰਦਰੀਆਂ ਨੇ, ਇਹ ਸਾਨੂੰ ਬਾਹਰੀ ਸੰਸਾਰ ਦੇ ਵਿੱਚ ਲੈ ਕੇ ਜਾਂਦੀਆਂ ਨੇ ਅਤੇ ਸਾਨੂੰ ਆਪਣੇ ਅੰਦਰਲੇ ਸੰਸਾਰ ਤੋਂ, ਸਾਡੇ ਅੰਦਰਲੇ ਪਰਮਾਤਮਾ ਨਾਲੋਂ ਤੋੜਦੀਆਂ ਨੇ। ਇਸੇ ਕਰਕੇ ਪਹਿਲਾਂ ਅਕਸਰ ਅਜਿਹਾ ਹੁੰਦਾ ਸੀ ਕਿ ਜੋ ਰਿਸ਼ੀ ਮੁਨੀ ਹੁੰਦੇ ਸਨ, ਉਹ ਜੰਗਲਾਂ ਵਿੱਚ ਚਲੇ ਜਾਂਦੇ ਸਨ ਅਤੇ ਸਮਾਧੀ ਲਗਾ ਲੈਂਦੇ ਸਨ। ਉਹਦਾ ਕਾਰਨ ਇਹੀ ਹੁੰਦਾ ਸੀ ਕਿ ਕਿਸੇ ਤਰ੍ਹਾਂ ਨਾਲ ਆਪਣੇ ਅੰਦਰਲੇ ਪਰਮਾਤਮਾ ਦੇ ਨਾਲ ਜੁੜਿਆ ਜਾਵੇ। ਜਦੋਂ ਅਸੀਂ ਅੱਖਾਂ ਬੰਦ ਕਰ ਲਈਆਂ, ਤਾਂ ਸਮਝ ਲਵੋ ਕਿ ਅਸੀਂ ਕੁਝ ਹੱਦ ਤੱਕ ਉਸ ਬਾਹਰੀ ਸੰਸਾਰ ਨਾਲੋਂ ਟੁੱਟ ਗਏ। ਬਿਕੋਜ਼ ਜਦੋਂ ਸਾਨੂੰ ਕੁਝ ਦਿਸੇਗਾ ਨਹੀਂ, ਅਤੇ ਤਾਂ ਫਿਰ ਅਸੀਂ ਉਸ ਚੀਜ਼ ਬਾਰੇ ਸੋਚਾਂਗੇ ਵੀ ਨਹੀਂ। ਇਹਨਾਂ ਅੱਖਾਂ ਨਾਲ ਅਸੀਂ ਪਤਾ ਨਹੀਂ ਕਿੰਨਾ ਕੁਝ ਵੇਖਦੇ ਹਾਂ, ਅਤੇ ਫਿਰ ਅਸੀਂ ਵੇਖ ਕੇ ਹੀ ਚੁੱਪ ਨਹੀਂ ਕਰਦੇ, ਫਿਰ ਅਸੀਂ ਜੋ ਵੇਖਿਆ ਉਹਦੇ ਬਾਰੇ ਵਿਚਾਰ ਕਰਦੇ ਰਹਿੰਦੇ ਹਾਂ।
ਸੋਚਦੇ ਰਹਿੰਦੇ ਹਾਂ ਅਤੇ ਮਨ ਨੂੰ ਚਿੰਤਾਗ੍ਰਸਤ ਕਰਦੇ ਰਹਿੰਦੇ ਹਾਂ। ਤਾਂ ਜੇ ਅਸੀਂ ਉਸ ਅੰਦਰਲੇ ਪਰਮਾਤਮਾ ਨੂੰ ਪਛਾਣਨਾ ਹੈ ਤਾਂ ਸਾਨੂੰ ਇਹ ਸਿੱਖਣਾ ਪਵੇਗਾ ਕਿ ਇਹਨਾਂ ਗਿਆਨ ਇੰਦਰੀਆਂ ਨੂੰ ਅਸੀਂ, ਇਹ ਸਾਡੀਆਂ ਜਿਹੜੀਆਂ ਇੰਦਰੀਆਂ ਨੇ, ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਬੰਦ ਕਰੀਏ, ਕਿਸ ਤਰ੍ਹਾਂ ਇਹਨਾਂ ਨੂੰ ਰੋਕੀਏ, ਕਿਸ ਤਰ੍ਹਾਂ ਇਹਨਾਂ ਨੂੰ ਇੱਦਾਂ ਦਾ ਬਣਾ ਲਈਏ ਕਿ ਇਹ ਦੁਨਿਆਵੀ ਦੁਨੀਆ ਦੇ ਵਿੱਚ ਸਾਨੂੰ ਨਾ ਲੈ ਕੇ ਜਾਣ, ਸਾਨੂੰ ਆਪਣੇ ਅੰਦਰ ਝਾਤੀ ਮਰਵਾਉਣ। ਅੰਦਰ ਝਾਤੀ ਮਾਰਨੀ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਉਸ ਤਰ੍ਹਾਂ ਕਰਨ ਨਾਲ ਫਿਰ ਸਾਡੇ ਅੰਦਰੋਂ ਇੱਕ ਮਾਇਆ ਦਾ, ਪਦਾਰਥਾਂ ਦਾ ਜਿਹੜਾ ਪਿਆਰ ਹੈ ਉਹ ਖਤਮ ਹੋ ਜਾਂਦਾ ਹੈ। ਕਿਸੇ ਇਨਸਾਨ ਨਾਲ ਸਾਡਾ ਵੈਰ ਵਿਰੋਧ ਨਹੀਂ ਰਹਿ ਜਾਂਦਾ, ਮਾਇਆ ਦੀ ਭੱਜ ਦੌੜ ਮੁੱਕ ਜਾਂਦੀ ਹੈ ਅਤੇ ਕ੍ਰੋਧ ਵਗੈਰਾ ਵੀ ਅੰਦਰੋਂ ਖਤਮ ਹੋ ਜਾਂਦਾ ਹੈ ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰਦੇ ਹਾਂ। ਇਹ ਜਿਹੜੇ ਵਿਕਾਰ ਨੇ ਇਹ ਸਾਨੂੰ ਬਾਹਰੀ ਸੰਸਾਰ 'ਚੋਂ ਮਿਲਦੇ ਨੇ, ਬਾਹਰੀ ਸੰਸਾਰ ਦੇ ਵਿੱਚ ਦੇਖਣ ਦਾ ਸੁਣਨ ਦਾ ਜ਼ਰੀਆ ਸਾਡੀਆਂ ਇੰਦਰੀਆਂ ਨੇ। ਤਾਂ ਸਾਨੂੰ ਆਪਣੀਆਂ ਇਹਨਾਂ ਇੰਦਰੀਆਂ ਨੂੰ ਇਸ ਤਰ੍ਹਾਂ ਬੰਨ੍ਹਣਾ ਪਵੇਗਾ ਤਾਂ ਕਿ ਇਹ ਸਾਨੂੰ ਬਾਹਰੀ ਸੰਸਾਰ ਦੇ ਵਿੱਚ ਨਾ ਲੈ ਜਾਣ। ਸਾਨੂੰ ਉਹਨਾਂ ਦੇ ਪਿੱਛੇ ਵਸਦੀ ਹੋਈ ਇੱਕ ਉਸ ਸ਼ਕਤੀ ਨੂੰ ਪਛਾਣਨਾ ਪਵੇਗਾ। ਸਾਨੂੰ ਇਹ ਚੀਜ਼ ਮੰਨਣੀ ਪਵੇਗੀ ਕਿ ਜੇ ਅੱਖਾਂ ਵੇਖ ਰਹੀਆਂ ਹਨ ਤਾਂ ਅੱਖਾਂ ਜ਼ਰੀਆ ਹਨ, ਜੇ ਕੰਨ ਸੁਣ ਰਹੇ ਹਨ ਤਾਂ ਕੰਨ ਜ਼ਰੀਆ ਹਨ, ਪਿੱਛੇ ਕੁਝ ਹੋਰ ਹੈ, ਪਿੱਛੇ ਇੱਕ ਸ਼ਕਤੀ ਹੈ ਜਿਹੜੀ ਅੱਖਾਂ ਦੇ ਰਾਹੀਂ ਵੇਖ ਰਹੀ ਹੈ, ਕੰਨਾਂ ਦੇ ਰਾਹੀਂ ਸੁਣ ਰਹੀ ਹੈ ਅਤੇ ਮੂੰਹ ਦੇ ਰਾਹੀਂ ਬੋਲ ਵੀ ਰਹੀ ਹੈ। ਅਤੇ ਜਦੋਂ ਅਸੀਂ ਉਸ ਸ਼ਕਤੀ ਨੂੰ ਚੰਗੀ ਤਰ੍ਹਾਂ ਨਾਲ ਪਛਾਣ ਗਏ, ਜਦੋਂ ਉਸ ਸ਼ਕਤੀ ਦੇ ਨਾਲ ਪੂਰੀ ਤਰ੍ਹਾਂ ਨਾਲ ਜੁੜ ਗਏ ਤਾਂ ਸਾਡੀ ਦੁਨਿਆਵੀ ਲਾਲਸਾ, ਸਾਡੀ ਦੁਨਿਆਵੀ ਤ੍ਰਿਸ਼ਨਾ ਜਿਹੜੀ ਹੈ ਉਹ ਖਤਮ ਹੋ ਜਾਣੀ ਹੈ ਅਤੇ ਅਸੀਂ ਅੰਦਰੋਂ ਸ਼ਾਂਤੀ ਪ੍ਰਾਪਤ ਕਰਾਂਗੇ। ਸਾਡਾ ਮਨ ਸ਼ਾਂਤ ਹੋਵੇਗਾ, ਸਾਡੀ ਤ੍ਰਿਸ਼ਨਾ ਦੀ ਅੱਗ ਤਾਂ ਬੁਝੇਗੀ। ਸੱਚੀ ਕਾਰੈ ਸੱਚ ਮਿਲੈ, ਗੁਰਮਤਿ ਪੱਲੈ ਪਾਏ, ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ, ਨਾਨਕ ਦਰ ਪ੍ਰਧਾਨ ਸੋ ਦਰ ਗੈ ਪੈਦਾ ਜਾਏ। ਜਦੋਂ ਅਸੀਂ ਆਪਣੀਆਂ ਇੰਦਰੀਆਂ ਨੂੰ ਬੰਦ ਕਰਕੇ ਉਸ ਅੰਦਰਲੇ ਪਰਮਾਤਮਾ ਦੇ ਨਾਲ ਜੁੜਨ ਦੇ ਵਿੱਚ ਸਫਲ ਹੋ ਜਾਂਦੇ ਹਾਂ ਤਾਂ ਸਾਨੂੰ ਉਹ ਪਰਮਾਤਮਾ ਮਿਲ ਜਾਂਦਾ ਹੈ, ਸਾਨੂੰ ਉਸ ਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ। ਫਿਰ ਅਸੀਂ ਚਿੰਤਾਵਾਂ ਤੋਂ ਮੁਕਤ ਹੋ ਜਾਂਦੇ ਹਾਂ, ਮੁੜ ਮੁੜ ਕੇ ਜੰਮਣ ਮਰਨ ਦੇ ਜਿਹੜਾ ਗੇੜ ਹੈ ਉਹਦੇ ਤੋਂ ਬਚ ਜਾਂਦੇ ਹਾਂ। ਫਿਰ ਸਾਨੂੰ ਇੱਕ ਪਲ ਖੁਸ਼ੀ ਅਤੇ ਅਗਲੇ ਪਲ ਦੁੱਖ ਨਹੀਂ ਹੁੰਦਾ, ਫਿਰ ਸਾਡਾ ਮਨ ਹਮੇਸ਼ਾ ਹੀ ਆਨੰਦਿਤ ਰਹਿੰਦਾ ਹੈ, ਅਡੋਲਤਾ ਦੇ ਵਿੱਚ ਰਹਿੰਦਾ ਹੈ। ਫਿਰ ਸਾਨੂੰ ਹਰ ਇੱਕ ਜੀਵ ਦੇ ਵਿੱਚ ਪਰਮਾਤਮਾ ਦਿਖਣ ਲੱਗਦਾ ਹੈ, ਅਸੀਂ ਹਰ ਇੱਕ ਜੀਵ ਦਾ ਸਤਿਕਾਰ ਕਰਨ ਲੱਗਦੇ ਹਾਂ ਅਤੇ ਅਜਿਹਾ ਕਰਕੇ ਅਸੀਂ ਉਸ ਪਰਮਾਤਮਾ ਦੇ ਦਰ 'ਤੇ ਇੱਜ਼ਤ ਮਾਣ ਪ੍ਰਾਪਤ ਕਰਦੇ ਹਾਂ, ਉਸ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸਰੂਪਾ ਪ੍ਰਾਪਤ ਕਰਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 19ਵੇਂ ਅੰਗ ਦੀਆਂ ਇਹ ਆਖਰੀ ਪੰਕਤੀਆਂ ਨੇ। ਸ੍ਰੀ ਰਾਗ ਮਹਿਲਾ ਪਹਿਲਾ, ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ, ਔਗੁਣ ਫਿਰ ਲਾਗੂ ਭਏ, ਕੂਰ ਬਜਾਵੈ ਤੂਰ, ਬਿਨ ਸ਼ਬਦੈ ਭਰਮਾਈਐ, ਦੁਬਦੈ ਡੋਬੇ ਪੂਰ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੈ ਆਵੈ ਜਾਏ ਰਹਾਉ। ਇਹਨਾਂ ਪੰਕਤੀਆਂ ਨੂੰ ਵਿਆਖਿਆ ਕਰਨ ਦੇ ਲਈ ਆਪਾਂ ਇੱਕ ਛੋਟੀ ਜਿਹੀ ਉਦਾਹਰਣ ਵੇਖਦੇ ਹਾਂ। ਜਿਸ ਤਰ੍ਹਾਂ ਕਿ ਪਿਛਲੇ ਜ਼ਮਾਨਿਆਂ ਦੇ ਵਿੱਚ ਹੁੰਦਾ ਸੀ, ਉਦੋਂ ਆਪਣੀਆਂ ਜਿਹੜੀਆਂ ਬੇਬੇ ਹੁੰਦੀਆਂ ਸਨ ਉਹ ਚੱਕੀ ਪੀਂਦੀਆਂ ਸਨ, ਇੱਕ ਉਹ ਆਟਾ ਪੀਣ ਵਾਲੀ ਹੱਥ ਵਾਲੀ ਚੱਕੀ ਹੁੰਦੀ ਸੀ,
ਉਹਦੇ ਲਈ ਇਹ ਉਹਦੇ ਤੌਰ 'ਤੇ ਸਮਝਣਾ ਥੋੜ੍ਹਾ ਸੌਖਾ ਹੈ। ਚੱਕੀਆਂ ਤਾਂ ਹੁਣ ਵੀ ਹੈਗੀਆਂ ਨੇ, ਸਿਸਟਮ ਉਹਨਾਂ ਦਾ ਵੀ ਹੋਣੀ ਹੁਣ ਵੀ ਉਹੀ ਹੈ, ਪਰ ਉਹ ਥੋੜ੍ਹੀਆਂ ਬਿਜਲੀ 'ਤੇ ਚੱਲਣ ਵਾਲੀਆਂ ਹੋ ਗਈਆਂ ਨੇ। ਤਾਂ ਉਸ ਚੱਕੀ ਦਾ ਕੀ ਹੁੰਦਾ ਹੈ ਕਿ ਦੋ ਪੁੜ ਹੁੰਦੇ ਨੇ ਅਤੇ ਵਿਚਾਲੇ ਇੱਕ ਡੰਡਾ ਹੁੰਦਾ ਹੈ। ਉਹ ਦੋ ਪੁੜ ਜਿਹੜੇ ਨੇ ਉਹ ਦੁਵਿਧਾ ਨੇ। ਸਾਡੀ ਜੇ ਜ਼ਿੰਦਗੀ ਦੀ ਗੱਲ ਕਰੀਏ, ਉਹ ਦੋ ਪੁੜ ਕਿਹੜੇ ਨੇ, ਉਹ ਇੱਕ ਜਨਮ ਵਾਲਾ ਅਤੇ ਇੱਕ ਮਰਨ ਵਾਲਾ ਪੁੜ ਹੈ, ਇੱਕ ਚਿੰਤਾ ਵਾਲਾ ਇੱਕ ਖੁਸ਼ੀ ਵਾਲਾ ਪੁੜ ਹੈ, ਜਿਨ੍ਹਾਂ ਦੇ ਵਿਚਾਲੇ ਅਸੀਂ ਫਸੇ ਰਹਿੰਦੇ ਹਾਂ, ਜਿਨ੍ਹਾਂ ਦੇ ਵਿਚਾਲੇ ਸਾਡਾ ਮਨ ਫਸਿਆ ਰਹਿੰਦਾ ਹੈ, ਪਰ ਉਹਨਾਂ ਦੋਵਾਂ ਨੂੰ ਜੋੜ ਕੇ ਵੀ ਰੱਖਿਆ ਹੋਇਆ ਹੈ ਇੱਕ ਡੰਡੇ ਨੇ। ਉਹ ਡੰਡਾ ਪਰਮਾਤਮਾ ਹੈ। ਜਿਹੜਾ ਕੋਈ ਦਾਣਾ ਉਸ ਡੰਡੇ ਦੇ ਨਾਲ ਲੱਗ ਗਿਆ ਉਹ ਬਚ ਜਾਂਦਾ ਹੈ। ਇਹ ਤੁਸੀਂ ਜੇ ਕਿਸੇ ਦੇ ਘਰ ਚੱਕੀ ਪਈ ਹੋਵੇ ਤਾਂ ਤੁਸੀਂ ਪ੍ਰਯੋਗ ਕਰਕੇ ਵੀ ਵੇਖ ਸਕਦੇ ਹੋ ਕਿ ਜਿਹੜੇ ਦਾਣੇ ਉਸ ਡੰਡੇ ਦੇ ਨੇੜੇ ਹੁੰਦੇ ਨੇ ਉਹ ਨਹੀਂ ਪੀਸੇ ਜਾਂਦੇ, ਕਿਉਂਕਿ ਉੱਥੇ ਮੋਰੀ ਹੁੰਦੀ ਹੈ, ਉੱਥੇ ਉਸ ਚੱਕੀ ਦਾ ਦਬਾਅ ਨਹੀਂ ਪੈਂਦਾ ਹੈ। ਇਸ ਲਈ ਅਸੀਂ ਜੇ ਉਹ ਦੁਵਿਧਾ ਦੇ ਪੁੜਾਂ ਨੂੰ ਛੱਡ ਕੇ ਉਸ ਪਰਮਾਤਮਾ ਨਾਲ ਜੁੜ ਜਾਈਏ, ਉਸ ਜਨਮ ਮਰਨ ਦੇ ਚੱਕਰਾਂ ਨੂੰ, ਉਸ ਚਿੰਤਾ ਅਤੇ ਖੁਸ਼ੀ ਵਾਲੇ ਚੱਕਰਾਂ ਨੂੰ, ਉਹ ਤੇਰੇ ਮੇਰੇ ਵਾਲੇ ਚੱਕਰਾਂ ਨੂੰ ਛੱਡ ਕੇ ਉਸ ਪਰਮਾਤਮਾ ਵਾਲੇ ਡੰਡੇ ਨੂੰ ਫੜ ਲਈਏ, ਤਾਂ ਅਸੀਂ ਵੀ ਪੀਸਣ ਤੋਂ ਬਚ ਜਾਵਾਂਗੇ, ਸਾਡੀ ਆਤਮਾ ਵੀ ਨਸ਼ਟ ਹੋਣ ਤੋਂ ਬਚ ਜਾਵੇਗੀ। ਉਹੀ ਕਹਿੰਦੇ ਨੇ ਕਿ ਜਿਹੜੇ ਮਨੁੱਖ ਨੇ ਉਸ ਡੰਡੇ ਦਾ ਸਹਾਰਾ ਨਹੀਂ ਲਿਆ, ਜਿਹੜੇ ਮਨੁੱਖ ਨੇ ਉਸ ਪਰਮਾਤਮਾ ਨੂੰ ਨਹੀਂ ਸਿਮਰਿਆ, ਉਹਦਾ ਸਰੀਰ ਵੀ ਅਤੇ ਆਤਮਾ ਵੀ ਸੜ ਬਲ ਕੇ ਮਿੱਟੀ ਹੋ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿੱਚ ਹੀ ਫਸਿਆ ਰਹਿੰਦਾ ਹੈ, ਸਾਰੀ ਉਮਰ ਮਾਇਆ ਦਾ ਹੀ ਵਾਜਾ ਵਜਾਉਂਦਾ ਰਹਿੰਦਾ ਹੈ ਅਤੇ ਭਟਕਦਾ ਰਹਿੰਦਾ ਹੈ। ਅਤੇ ਗੁਰੂ ਨਾਨਕ ਦੇਵ ਜੀ ਇੱਥੇ ਆਪਣੇ ਸੱਜਣਾਂ ਨੂੰ, ਆਪਣੇ ਪਿਆਰਿਆਂ ਨੂੰ ਇਹ ਆਗ੍ਰਹਿ ਕਰਦੇ ਨੇ ਕਿ ਹੇ ਸੱਜਣੋ, ਹੇ ਮੇਰੇ ਮਨ, ਉਸ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਮਨ ਜੋੜ, ਉਹਦੇ ਨਾਲ ਚਿੱਤ ਜੋੜ, ਉਸ ਪਰਮਾਤਮਾ ਨੂੰ ਪਛਾਣ। ਕਿਉਂਕਿ ਜਿਹੜੇ ਮਨੁੱਖ ਨੇ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਈ, ਉਹ ਤਾਂ ਫਿਰ ਜੰਮਦਾ ਮਰਦਾ ਹੀ ਰਹਿੰਦਾ ਹੈ। ਉਹਦਾ ਤਾਂ ਫਿਰ ਹਰ ਪਲ ਜਿਉਣਾ ਅਤੇ ਮਰਨਾ ਜਿਹੜਾ ਹੈ, ਚੱਕਰ ਹੈ, ਜੋ ਗੇੜ ਹੈ, ਉਹ ਚੱਲਦਾ ਰਹਿੰਦਾ ਹੈ। ਸੋ ਇਹ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 19ਵੇਂ ਅੰਗ ਦੀ ਵਿਆਖਿਆ। ਇਸ ਦੇ ਵਿੱਚ ਅਸੀਂ ਸਿੱਖਿਆ ਹੈ ਕਿ ਕਿਸ ਤਰ੍ਹਾਂ ਦੁਨਿਆਵੀ ਵਿਕਾਰਾਂ ਤੋਂ ਦੂਰ ਰਹਿ ਕੇ ਆਪਣੇ ਅੰਦਰ ਵੱਸਦੇ ਪਰਮਾਤਮਾ ਨੂੰ ਪਛਾਣਨਾ ਬਹੁਤ ਹੀ ਜ਼ਰੂਰੀ ਹੈ, ਉਹਦੇ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੈ, ਤਾਂ ਕਿ ਅਸੀਂ ਹਰ ਪਲ ਦੇ ਜਨਮ ਮਰਨ ਦੇ ਚੱਕਰਾਂ ਤੋਂ ਬਚ ਸਕੀਏ। ਮੈਂ ਇੱਕ ਵਾਰ ਫਿਰ ਤੋਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ ਕਿ ਇਹ ਜਨਮ ਮਰਨ ਦੇ ਗੇੜ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੱਲ ਹੋਈ ਹੈ, ਇਹ ਨਹੀਂ ਹੈ ਕਿ ਮਨੁੱਖੀ ਜੀਵਨ ਭੋਗ ਕੇ ਅੱਗੇ ਕਿਸੇ ਹੋਰ ਜੀਵਨ ਦੇ ਵਿੱਚ ਚਲਿਆ ਜਾਂਦਾ ਹੈ ਅਤੇ ਉਹ 84 ਲੱਖ ਜੂਨਾਂ ਵਾਲਾ ਜਿਹੜਾ ਚੱਕਰ, ਜੋ ਗੱਲ ਸਾਡੇ ਮਨਾਂ ਦੇ ਵਿੱਚ ਵਸਾਈ ਹੋਈ ਹੈ, ਉਹਦੀ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹੋ ਰਹੀ। ਗੱਲ ਹੋ ਰਹੀ ਹੈ ਸਾਡੇ ਪਲ ਪਲ ਜਿਉਣ ਦੀ, ਪਲ ਪਲ ਮਰਨ ਦੀ, ਹਰ ਰੋਜ਼ ਜਿਉਣ ਅਤੇ ਮਰਨ ਦੇ ਚੱਕਰ ਦੀ। ਜਦੋਂ ਅਸੀਂ ਵਿਕਾਰਾਂ ਦੇ ਵਿੱਚ ਫਸੇ ਹਾਂ ਤਾਂ ਅਸੀਂ ਮਰ ਗਏ ਹਾਂ, ਸਾਡਾ ਮਨ ਚਿੰਤਾ ਦੇ ਵਿੱਚ ਗ੍ਰਸਤ ਹੈ। ਜਦੋਂ ਅਸੀਂ ਵਿਕਾਰਾਂ ਤੋਂ ਕੁਝ ਪਲ ਦੇ ਲਈ ਵੀ ਬਾਹਰ ਆਏ, ਕਿਸੇ ਦੇ ਲਈ ਕੋਈ ਮੋਹ ਭਾਵ ਆਪਣੇ ਹਿਰਦੇ ਦੇ ਵਿੱਚ ਲੈ ਕੇ ਆਏ, ਕਿਸੇ ਇਨਸਾਨ ਨੂੰ ਸਤਿਕਾਰ ਪੂਰਵਕ ਪਿਆਰ ਨਾਲ ਬੁਲਾਇਆ, ਉਸ ਸਮੇਂ ਸਾਡਾ ਜਨਮ ਹੈ। ਤਾਂ ਇਸ ਤਰ੍ਹਾਂ ਅਸੀਂ ਹਰ ਰੋਜ਼ ਜਨਮ ਅਤੇ ਮਰਨ ਦੇ ਚੱਕਰ ਦੇ ਵਿੱਚ ਫਸੇ ਰਹਿੰਦੇ ਹਾਂ। ਅਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਇਹਨਾਂ ਚੱਕਰਾਂ ਦੇ ਵਿੱਚੋਂ ਨਿਕਲਣ ਦਾ ਇੱਕ ਹੀ ਰਾਹ ਹੈ ਕਿ ਉਹ ਸੱਚੇ ਪਰਮਾਤਮਾ ਨੂੰ ਪਛਾਣੋ ਅਤੇ ਉਹਦੇ ਨਾਲ ਜੁੜੋ, ਅਤੇ ਇਹ ਦੁਨਿਆਵੀ ਜਿਹੜੇ ਮਾਇਆ ਰੂਪੀ ਵਿਕਾਰ ਨੇ ਇਹਨਾਂ ਤੋਂ ਬਚੋ।
ਦੂਜੀ ਗੱਲ, ਇਸ ਦੇ ਵਿੱਚ ਇੱਕ ਇਸਤਰੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 19ਵੇਂ ਅੰਗ ਵਿੱਚ ਇੱਕ ਇਸਤਰੀ ਦੀ ਉਦਾਹਰਣ ਲੈ ਕੇ ਦੱਸੀ ਗਈ ਹੈ ਕਿ ਜਿਸ ਤਰ੍ਹਾਂ ਇੱਕ ਇਸਤਰੀ, ਜੇ ਉਹਦਾ ਮਨ ਪਵਿੱਤਰ ਨਹੀਂ ਹੈ, ਉਹ ਮਨੋਂ ਆਪਣੇ ਪਤੀ ਨੂੰ ਪ੍ਰੇਮ ਨਹੀਂ ਕਰਦੀ ਹੈ, ਤਾਂ ਬਾਹਰੀ ਸਰੀਰ ਦੇ ਉੱਤੇ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਵੇ, ਉਹ ਤਾਂ ਵੀ ਆਪਣੇ ਪਤੀ ਨੂੰ ਚੰਗੀ ਨਹੀਂ ਲੱਗੇਗੀ। ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਜੋ ਮਨੁੱਖ ਬਾਹਰੀ ਦਿਖਾਵਿਆਂ ਦੇ ਲਈ ਅਡੰਬਰ ਕਰ ਰਿਹਾ ਹੈ, ਲੰਗਰ ਲਗਾ ਰਿਹਾ ਹੈ, ਪੂਜਾ ਪਾਠ ਧੂਫ ਬੱਤੀਆਂ ਕਰ ਰਿਹਾ ਹੈ, ਉਹ ਬਾਹਰੀ ਅਡੰਬਰ ਨੇ, ਜੇ ਉਹਦੇ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਪਛਾਣਨ ਦੀ ਸ਼ਕਤੀ ਨਹੀਂ, ਜੇ ਉਹਨੇ ਉਸ ਸੱਚੇ ਪਰਮਾਤਮਾ ਨੂੰ ਨਹੀਂ ਪਛਾਣਿਆ ਹੋਇਆ, ਤਾਂ ਇਹ ਸਾਰੇ ਅਡੰਬਰ ਵੀ ਵਿਅਰਥ ਨੇ, ਤਾਂ ਇਹ ਸਭ ਕਰਕੇ ਵੀ ਉਹ ਉਸ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦਾ। ਸੋ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 20ਵੇਂ ਅੰਗ ਦੀ ਵਿਆਖਿਆ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ। ਮੇਰੇ ਨਾਲ ਬਣੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਵਿਆਖਿਆ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ, ਜੇਕਰ ਤੁਹਾਡੇ ਜ਼ਿੰਦਗੀ ਦੇ ਵਿੱਚ ਇਹ ਸੁਣ ਕੇ ਕੋਈ ਨਾ ਕੋਈ ਵਿਚਾਰ ਆਇਆ ਹੋਵੇ, ਕੋਈ ਚੰਗੀ ਗੱਲ ਤੁਸੀਂ ਇਸ ਤੋਂ ਸਿੱਖੀ ਹੋਵੇ, ਤਾਂ ਅੱਗੇ ਆਪਣੇ ਯਾਰਾਂ ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।